ਲੋਕ ਸਭਾ ਚੋਣਾਂ ਲੈ ਕੇ ਵਿਧਾਨ ਸਭਾ ਹਲਕਾ ਸ਼ਾਹਕੋਟ ਚ 244 ਪੋਲਿੰਗ ਬੂਥ ਬਣਾਏ ਗਏ ਸਨ, ਜਿਨ੍ਹਾਂ ਦੀ ਡਾਕਟਰ ਚਾਰੂ ਮਿਤਾ SCM ਕਮ ਸਹਾਇਕ ਚੋਣ ਰਿਟਰਨਿੰਗ ਅਫਸਰ ਸ਼ਾਹਕੋਟ ਦੇ ਦੇਖਰੇਖ ਚ ਚੋਣਾਂ ਵਾਲੇ ਦਿਨ ਐਤਵਾਰ ਨੂੰ ਠੀਕ ਸਮੇਂ ਸਵੇਰੇ 7 ਵਜੇ ਪੋਲਿੰਗ ਸ਼ੁਰੂ ਹੋ ਗਈ। ਇਸ ਦੌਰਾਨ ਸਵੇਰੇ 6 ਵਜੇ ਡਾਕਟਰ ਚਾਰੂ ਮਿਤਾ SDM ਸ਼ਾਹਕੋਟ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਲੜਕੇ ਸ਼ਾਹਕੋਟ ਵਿਖੇ ਬੂਥ ਨੰਬਰ 138 ਤੇ ਬਣਾਏ ਗਏ ਵੁਮਨ ਪੋਲਿੰਗ ਸਟੇਸ਼ਨ ਤੇ ਮੋਕ ਪੋਲ ਕਰਵਾ ਕੇ ਚੋਣ ਪ੍ਰਕਿਰਿਆ ਸ਼ੁਰੂ ਕਰਵਾਈ ਗਈ। ਇਸ ਦੌਰਾਨ ਭਾਵੇਂ ਕੁਝ ਪੋਲਿੰਗ ਬੂਥਾਂ ਤੇ ਬੈਲਟ ਯੂਨਿਟ ਅਤੇ VVT ਪੈਕ ਮਸ਼ੀਨਾਂ ਵਿੱਚ ਤਕਨੀਕੀ ਖਰਾਬੀ ਆ ਗਈ, ਪਰ ਪ੍ਰਸ਼ਾਸਨ ਵੱਲੋਂ ਪਹਿਲਾਂ ਤੋਂ ਕੀਤੀਆਂ ਗਈਆਂ ਤਿਆਰੀਆਂ ਨਾਲ ਸਮੇਂ ਸਿਰ ਨਵੀਆਂ ਮਸ਼ੀਨਾਂ ਨੂੰ ਪੋਲਿੰਗ ਬੂਥਾਂ ਤੇ ਭੇਜ ਦਿੱਤਾ ਗਿਆ, ਜਿਸ ਨਾਲ ਵੋਟਾਂ ਪੈਣ ਦਾ ਕੰਮ ਆਮ ਵਾਂਗ ਚੱਲਦਾ ਰਿਹਾ। ਇਸ ਮੌਕੇ ਨੌਜਵਾਨ, ਬਜ਼ੁਰਗਾਂ ਤੇ ਅੰਗਹੀਣ ਵੋਟਰਾਂ ਨੇ ਵੀ ਬੜੇ ਉਤਸ਼ਾਹ ਨਾਲ ਆਪਣੀ ਵੋਟ ਦਾ ਇਸਤੇਮਾਲ ਕੀਤਾ। ਇਸ ਦੌਰਾਨ ਪਹਿਲੇ 2 ਘੰਟਿਆਂ ਚ ਕੇਵਲ 9% ਹੀ ਪੋਲਿੰਗ ਹੋਈ, ਜਦਕਿ 2 ਘੰਟੇ ਅਰਥਾਤ 11 ਵਜੇ ਤੋਂ ਲੈ ਕੇ 21% ਪੋਲਿੰਗ ਹੋਈ। ਗਰਮੀ ਵਧਣ ਕਾਰਨ ਦੁਪਹਿਰ ਸਮੇਂ ਵੋਟਰਾਂ ਵਿੱਚ ਵੋਟਾਂ ਪਾਉਣ ਦਾ ਉਤਸ਼ਾਹ ਘੱਟ ਗਿਆ ਅਤੇ ਦੁਪਹਿਰੇ 1 ਵਜੇ ਤੱਕ 244 ਪੋਲਿੰਗ ਬੂਥਾਂ ਤੇ ਕੇਵਲ 32% ਹੀ ਪੋਲਿੰਗ ਹੋਈ। ਚੋਣਾਂ ਦਾ ਸਮਾਂ ਪਹਿਲਾਂ ਨਾਲੋਂ ਜ਼ਿਆਦਾ ਹੋਣ ਕਾਰਨ ਕਿਸੇ ਵੀ ਸੂਬੇ ਤੇ ਲੰਬੀਆਂ ਕਤਾਰਾਂ ਵੇਖਣ ਨੂੰ ਨਹੀਂ ਮਿਲੀਆਂ। ਚੋਣਾਂ ਦੌਰਾਨ ਜਿੱਥੇ ਜਨਰਲ ਚੋਣ ਅਬਜ਼ਰਵਰ ਸੈਮੂਅਲ ਆਨੰਦ ਵੱਲੋਂ ਹਲਕਾ ਸ਼ਾਹਕੋਟ ਦੇ ਅਧੀਨ ਪੈਂਦੇ ਵਰਨੀਬਲ ਸਮੇਤ ਹੋਰਨਾਂ ਪੋਲਿੰਗ ਬੂਥਾਂ ਦਾ ਦੌਰਾ ਕੀਤਾ ਗਿਆ ਅਤੇ ਸਿਵਲ ਪ੍ਰਸ਼ਾਸਨ ਵੱਲੋਂ ਡਾਕਟਰ ਚਾਰੂ ਮਿਤਾ SDM ਸ਼ਾਹਕੋਟ ਵੱਖ ਵੱਖ ਪੋਲਿੰਗ ਬੂਥਾਂ ਦਾ ਦੌਰਾ ਕਰ ਚੋਣ ਪ੍ਰਬੰਧਾਂ ਦਾ ਜਾਇਜ਼ਾ ਵੀ ਲਿਆ ਗਿਆ। ਅੱਜ 19 ਮਈ ਨੂੰ ਜਿਹੜੀਆਂ ਵੋਟਾਂ ਪੈ ਰਹੀਆਂ ਨੇ ਸ਼ਾਹਕੋਟ 32 ਹਲਕੇ ਵਿੱਚ ਕਾਫੀ ਵਧੀਆ ਤਰ੍ਹਾਂ ਜਿਹੜੀਆਂ ਇਹ ਵੋਟਾਂ ਪੈ ਰਹੀਆਂ ਨੇ। ਅੱਜ ਸਵੇਰੇ 9 ਵਜੇ ਤੱਕ ਅਸੀਂ 9% ਪੋਲਿੰਗ ਕਰਵਾ ਦਿੰਦੇ ਸੀ, ਇਸ ਤੋਂ ਇਲਾਵਾ ਜਿਹੜੀ 11 ਵਜੇ ਤੱਕ ਦੀ ਪੋਲਿੰਗ ਸੀ ਉਹ 21% ਹੋਈ ਸੀਗੀ ਅਤੇ 1 ਵਜੇ ਤੱਕ ਜਿਹੜੀ ਸਾਡੀ ਪੋਲਿੰਗ ਹੈ ਉਹ ਤਕਰੀਬਨ 32% ਹੋ ਚੁੱਕੀ ਹੈ। ਲੋਕਾਂ ਵਿੱਚ ਕਾਫੀ ਉਤਸ਼ਾਹ ਨਜ਼ਰ ਆ ਰਿਹਾ। ਅਸੀਂ 6 ਮਾਡਲ ਪੋਲਿੰਗ ਸਟੇਸ਼ਨ ਬਣਾਏ ਨੇ ਜੋ ਕਿ ਕਾਫੀ ਵਧੀਆ ਸਜੇ ਹੋਏ ਨੇ ਅਤੇ ਉਹਨਾਂ ਵਿੱਚ ਸਾਰੀ ਤਰ੍ਹਾਂ ਦੀਆਂ ਸਹੂਲਤਾਂ ਜਿਵੇਂ ਪਾਣੀ, ਟੈਂਟ, ਸ਼ੇਡ ਵਗੈਰਾ ਉਹ ਸਭ ਕੁਛ ਜਿਹੜਾ ਹੈ ਲੱਗਿਆ ਹੋਇਆ ਹੈ। ਇਸ ਤੋਂ ਇਲਾਵਾ ਮੈਂ ਇਹ ਦੱਸਣਾ ਚਾਹੁੰਦੀ ਹਾਂ ਕਿ ਸਾਡੇ ਕੁਛ VVPAT ਜਿਹੜੀਆਂ ਹੈਗੀਆਂ ਉਹਨਾਂ 'ਚ ਪ੍ਰੋਬਲਮ ਆਈ ਸੀ, ਜ਼ਿਆਦਾ ਵਿੱਚ ਨਹੀਂ ਆਈ। ਮੌਕ ਪੋਲ ਤੋਂ ਪਹਿਲਾਂ ਸਾਡੀਆਂ 4 VVPAT ਰਿਪਲੇਸ ਹੋਈਆਂ ਸੀ, ਮੌਕ ਪੋਲ ਤੋਂ ਬਾਅਦ ਐਕਚੁਅਲ ਪੋਲ ਤੋਂ ਬਾਅਦ ਸਾਡੀਆਂ 3 VVPAT ਰਿਪਲੇਸ ਹੋਈਆਂ ਸੀ, ਪਰ ਉਸਦੇ ਬਾਵਜੂਦ ਵੀ ਉਹਨਾਂ ਬੁੱਥਾਂ 'ਤੇ ਕੰਮ ਜਿਹੜਾ ਹੈ ਬਿਲਕੁਲ ਵੀ ਸਲੋ ਨਹੀਂ ਹੈ, ਬਿਲਕੁਲ ਠੀਕ ਚੱਲ ਰਿਹਾ ਹੈ। ਠੀਕ ਹੈ, ਅਤੇ ਮੈਡਮ ਨੌਜਵਾਨ ਵੋਟਰਾਂ ਵਿੱਚ ਕਿਸ ਤਰ੍ਹਾਂ ਲੱਗ ਰਿਹਾ? ਨੌਜਵਾਨ ਵੋਟਾਂ ਵਿੱਚ ਕਾਫੀ ਉਤਸ਼ਾਹ ਹੈ ਜੀ, ਲੋਕ ਜਿਹੜੇ ਹੈਗੇ ਆ ਬੱਚੇ ਆਪਣੀ ਵੋਟ ਪਾਉਣ ਆ ਰਹੇ ਹੈ। ਉਹਨਾਂ ਨੂੰ ਅਸੀਂ ਜਿਹੜਾ ਪਹਿਲਾਂ ਬਿਲਕੁਲ ਨੌਜਵਾਨ ਵੋਟਰ ਆਉਂਦਾ ਹਰ ਬੂਥ 'ਤੇ ਆਪਣੀ ਵੋਟ ਪਾਉਂਦਾ ਉਹਨੂੰ ਅਸੀਂ ਸਰਟੀਫਿਕੇਟ ਵੀ ਦੇ ਰਹੇ ਹਾਂ, ਇਸ ਕਰਕੇ ਜਿਹੜਾ ਯੂਥ ਹੈ ਉਹ ਵੋਟਾਂ ਦਾ ਰੁਝਾਨ ਜਿਹੜਾ ਹੈਗਾ ਉਸ ਵੱਲ ਕਾਫੀ ਜ਼ਿਆਦਾ। ਹਾਂਜੀ, ਜਿਹੜੀਆਂ 2019 ਦੀਆਂ ਲੋਕ ਸਭਾ ਦੀਆਂ ਚੋਣਾਂ ਹੋ ਰਹੀਆਂ ਨੇ, ਇਹ ਇਹਦੇ ਲਾਸਟ ਫੇਜ਼ 3ਵੇਂ ਫੇਜ਼ ਦੀਆਂ ਇਲੈਕਸ਼ਨ ਪੰਜਾਬ 'ਚ ਵੀ ਹੋ ਰਹੀਆਂ ਨੇ ਅਤੇ ਸਾਡਾ ਪੈਰਾਮਿਲਟਰੀ ਫੋਰਸਿਸ, ਸਾਡੀਆਂ ਆਪਣੀਆਂ ਫੋਰਸਿਸ ਦੇ ਨਾਲ ਅਸੀਂ ਕਾਫੀ ਮਾੜੇ ਅੰਸਰਾਂ 'ਤੇ ਕੰਟਰੋਲ ਕੀਤਾ ਔਰ ਇਸ ਦੇ ਰਿਜ਼ਲਟ ਥਰੂਪ ਵੀ ਹੁਣ ਤੱਕ ਸਾਰਾ ਪ੍ਰੋਸੈਸ ਬੜਾ ਪੀਸਫੁਲ ਅਤੇ ਬਹੁਤ ਵਧੀਆ, ਲੋਕਾਂ 'ਚ ਕੌਨਫੀਡੈਂਸ ਬੜਾ ਔਰ ਲੋਕ ਆਪਣਾ ਬਿਨਾਂ ਕਿਸੇ ਡਰ ਤੋਂ ਓਨੈਸਟੀ ਨਾਲ ਸਭ ਆਪਣੇ ਵੋਟ ਦਾ ਇਸਤੇਮਾਲ ਕਰ ਰਹੇ। ਅਤੇ ਸਰ ਕਿਤੇ ਕੋਈ ਲੜਾਈ ਝਗੜੇ ਆ ਰਹੀ ਕੋਈ ਤੜਕੇ? ਨਹੀਂ, ਸੋ ਫਾਰ ਕੋਈ ਨਹੀਂ, ਸਾਡੇ ਏਰੀਆ ਕਿਤੇ ਵੀ ਕੋਈ ਐਸੀ ਗੱਲ। ਪੀਸਫੁਲ ਚੱਲ ਰਿਹਾ ਸਰ? ਬਿਲਕੁਲ ਪੀਸਫੁਲ ਚੱਲ ਰਿਹਾ ਜੀ, ਪੈਰਾਮਿਲਟਰੀ ਫੋਰਸਿਸ ਸਾਡੇ ਨਾਲ ਨੇ, ਈਵਨ ਅਬਜ਼ਰਵਰ ਸਾਹਿਬ ਵੀ, ਮਿਸਟਰ ਸੈਮੂਅਲ ਆ ਕੇ ਗਏ ਨੇ, ਉਹ ਵੀ ਸਾਰੇ ਅਲੱਗ ਅਲੱਗ ਬੂਥ ਆਫ ਚੈੱਕ ਕਰਕੇ ਗਏ ਨੇ, ਠੀਕ ਚੱਲ ਰਿਹਾ। ਅੱਛਾ, ਤੁਸੀਂ ਅਜੇ ਵੋਟ ਪਾਉਣ ਆਏ, ਪਹਿਲੀ ਵਾਰੀ ਵੋਟ ਪਾਈਏ ਤੁਸੀਂ? ਅੱਛਾ, ਕਿੱਦਾਂ ਦਾ ਲੱਗਾ ਤੁਹਾਨੂੰ? ਸਟਾਫ ਕਿੱਦਾਂ ਦਾ ਸੀਗਾ, ਪ੍ਰਬੰਧ ਕਿੱਦਾਂ ਦੇ ਹੈਗੇ ਨੇ ਇੱਥੇ? ਤੁਸੀਂ ਕੀ ਕਹਿਣਾ ਚਾਹੁੰਦੇ, ਕੀ ਸੰਦੇਸ਼ ਦਿੰਦੇ ਹੋ ਕਿ ਨੌਜਵਾਨ ਨੂੰ ਵੋਟ ਪਾਉਣੀ ਚਾਹੀਦੀ ਕਿ ਨਹੀਂ ਪਾਉਣੀ ਚਾਹੀਦੀ? ਸ਼ਾਹਕੋਟ ਤੋਂ ਆਜ਼ਾਦ ਸਚਦੇਵਾ ਦੀ ਰਿਪੋਰਟ।